ਅੱਜ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਬਾਰੇ ਵਿਚਾਰ ਕਰਾਂਗੇ। ਆਓ ਫਤਿਹ ਦੀ ਸਾਂਝ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਕਿੱਥੇ ਤੇ ਕਦੋਂ ਹੋਇਆ ਸੀ? ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈਸਵੀ ਨੂੰ ਗੁਰੂ ਕੀ ਬਡਾਲੀ ਅੰਮ੍ਰਿਤਸਰ ਵਿਖੇ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਪਨ 'ਚ ਕਿੰਨੇ ਹਮਲੇ ਕਰਵਾਏ ਸੀ ਅਤੇ ਹਮਲੇ ਕਿੰਨੇ ਕਰਵਾਏ ਸੀ? ਗੁਰੂ ਸਾਹਿਬ ਦੇ ਬਚਪਨ ਵਿੱਚ 3 ਹਮਲੇ ਕਰਵਾਏ ਗਏ ਸਨ ਜੋ ਪ੍ਰਿਥੀ ਚੰਦ ਨੇ ਕਰਵਾਏ ਸਨ। ਇਹ ਵੀ ਦੱਸ ਦਿਓ ਸੰਗਤ ਨੂੰ, ਇਹ ਪਹਿਲਾ ਹਮਲਾ ਕਿਹੜਾ ਸੀ? ਪਹਿਲੇ ਹਮਲੇ ਵਿੱਚ ਪ੍ਰਿਥੀ ਚੰਦ ਨੇ ਇੱਕ ਦਾਈ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹ ਕਿਹਾ ਕਿ ਉਹ ਆਪਣੀ ਛਾਤੀ ਨੂੰ ਜ਼ਹਿਰ ਲਾ ਕੇ ਬਾਲ ਹਰਗੋਬਿੰਦ ਨੂੰ ਦੁੱਧ ਚੁੰਘਾਏ, ਪਰ ਬਡਾਲੀ ਪਹੁੰਚਦਿਆਂ ਹੀ ਦਾਈ 'ਤੇ ਹੀ ਜ਼ਹਿਰ ਦਾ ਅਸਰ ਹੋ ਗਿਆ। ਦਾਈ ਬੇਹੋਸ਼ ਹੋ ਗਈ। ਸੰਗਤਾਂ ਨੇ ਪਾਣੀ ਪਿਆ ਕੇ ਦਾਈ ਨੂੰ ਹੋਸ਼ ਆਇਆ ਅਤੇ ਦਾਈ ਨੇ ਸਾਰੀ ਕਰਤੂਤ ਦੱਸੀ। ਉਹ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦੂਜੇ ਹਮਲੇ ਵਿੱਚ ਪ੍ਰਿਥੀ ਚੰਦ ਨੇ ਇੱਕ ਸਪੇਰੇ ਨੂੰ ਲਾਲਚ ਦਿੱਤਾ ਕਿ ਉਹ ਇੱਕ ਜ਼ਹਿਰੀਲਾ ਸੱਪ ਬਾਲ ਹਰਗੋਬਿੰਦ ਕੋਲ ਛੱਡ ਦੇਵੇ। ਖੇਡਦੇ ਖੇਡਦਿਆਂ ਹੀ ਬਾਲ ਹਰਗੋਬਿੰਦ ਨੇ ਸੱਪ ਨੂੰ ਮਾਰ ਦਿੱਤਾ ਅਤੇ ਸੰਗਤਾਂ ਨੇ ਸਪੇਰਾ ਵੀ ਫੜ ਲਿਆ। ਤੀਜਾ ਹਮਲਾ ਕਿਹੜਾ ਸੀ? ਦੋ ਹਮਲਿਆਂ ਕਾਰਨ ਪ੍ਰਿਥੀ ਚੰਦ ਦੀ ਸ਼ਹਿਰ ਵਿੱਚ ਬਹੁਤ ਬਦਨਾਮੀ ਹੋਈ, ਪਰ ਉਹ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਇਆ। ਤੀਜੇ ਹਮਲੇ ਵਿੱਚ ਉਹਨੇ ਇੱਕ ਖੜਾਵੇ ਬ੍ਰਾਹਮਣ ਨੂੰ ਲਾਲਚ ਦਿੱਤਾ ਕਿ ਉਹ ਜ਼ਹਿਰੀਲੀ ਦਹੀਂ ਬਾਲ ਹਰਗੋਬਿੰਦ ਨੂੰ ਖਵਾਏ। ਜਦ ਉਹਨੇ ਐਵੇਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਲ ਹਰਗੋਬਿੰਦ ਨੇ ਰੌਲਾ ਪਾ ਦਿੱਤਾ, ਦਹੀਂ ਦਾ ਭਾਂਡਾ ਥੱਲੇ ਡਿੱਗ ਗਿਆ। ਘਰ ਵਿੱਚ ਰਹਿੰਦੇ ਇੱਕ ਕੁੱਕਰ ਨੇ ਦਹੀਂ ਖਾ ਲਈ ਅਤੇ ਉਹ ਪਰਲੋਕ ਸੁਧਾਰ ਗਿਆ, ਜਿਸ ਨਾਲ ਸਾਰੀਆਂ ਸੰਗਤਾਂ ਉੱਥੇ ਪਹੁੰਚ ਗਈਆਂ ਅਤੇ ਮੌਕੇ 'ਤੇ ਜਿਹੜਾ ਬ੍ਰਾਹਮਣ ਸੀ ਉਹਦੀ ਮੌਤ ਹੋ ਗਈ। ਇਹ ਸੀਗੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਬਾਰੇ ਥੋੜ੍ਹੇ ਜਿਹੇ ਵਿਚਾਰ। ਅੱਗੇ ਵੀ ਆਪਾਂ ਇਹੋ ਜਿਹੇ ਵਿਚਾਰਾਂ ਲੈ ਕੇ ਆਵਾਂਗੇ। ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।